ਸਰ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਤਲਖੀ ਅਸੀਂ ਜ਼ਰੂਰ ਵੇਖਦੇ ਰਹੇ ਹਾਂ ਸਮੇਂ-ਸਮੇਂ ਤੇ ਔਰ ਉਹਨਾਂ ਦੀ ਮੀਟਿੰਗਸ ਵੀ ਸਮੇਂ-ਸਮੇਂ ਤੇ ਪਾਵੇਂ ਉਹ ਚਾਹ ਹੋਵੇ ਲੰਚ ਹੋਵੇ ਡਿਨਰ ਹੋਵੇ ਉਹ ਵੀ ਅਸੀਂ ਵੇਖਦੇ ਰਹੇ ਹਾਂ ਪਰ ਅੱਜ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਸੀਸਵਾ ਫਾਰਮ ਹਾਊਸ ਦੇ ਵਿੱਚ ਮਿਲੇ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂਕਿ ਅਕਸਰ ਮੰਨਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਸਮਾਂ ਤੇ ਉਹਨਾਂ ਦੇ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕਾਂ ਨੂੰ ਵੀ ਨਹੀਂ ਮਿਲਦਾ ਇੱਕ ਤੇ ਸੱਡਨਲੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦਾ ਸਮਾਂ ਮਿਲਿਆ ਹੋਵੇ ਔਰ ਦੂਜੀ ਉਹਨਾਂ ਨੇ ਮੰ ਔਰ ਉਹ ਮੰਗ ਨਾਲ ਦੀ ਨਾਲ ਜਿਹੜੀ ਹੈ ਸਵੀਕਾਰ ਵੀ ਕਰ ਲਈ ਗਈ ਐਕਸ਼ਨ ਵੀ ਉਸ ਮੰਗ ਦੇ ਉੱਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆ ਗਿਆ ਦੇਖੋ ਕਮਲ ਸਭ ਤੋਂ ਵੱਡੀ ਗੱਲ ਇਹ ਆ ਆਪਾਂ ਸ਼ੁਰੂ ਤੇ ਇਹ ਗੱਲ ਕਹਿੰਦੇ ਰਹੇ ਨੇ ਕਿ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਦੇ ਵਿੱਚਕਾਰ ਤਾਲਮੇਲ ਹੋਣਾ ਕੋਆਰਡੀਨੇਸ਼ਨ ਹੋਣਾ ਚਾਹੀਦਾ ਤਾਂ ਹੀ ਜਿਹੜੀ ਲੋਕਾਂ ਦੀਆਂ ਸਮੱਸਿਆਵਾਂ ਮੁਸ਼ਕਲਾਂ ਦਾ ਨਿਪਟਾਰਾ ਜਿਹੜਾ ਹੋ ਸਕੇਗਾ ਆਪਾਂ ਸ਼ੁਰੂ ਤੇ ਇਹ ਗੱਲ ਕਹਿੰਦੇ ਰਹੇ ਕਿ ਹੁਣ ਉਹਨੂੰ ਆਪਣਾ ਨਵਜੋਤ ਸਿੰਘ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਉਹ ਸੱਤਾ ਦੇ ਰਪਾਰਟੀ ਦਾ ਪ੍ਰਧਾਨ ਆ ਪਰ ਜਿਵੇਂ ਕਿ ਉਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਸੀ ਜਾਂ ਜਿਵੇਂ ਦੇ ਉਹ ਸਵੋਧਨ ਕਰ ਰਿਹਾਤਾ ਪਿਛਲੇ ਕਈ ਦਿਨਾਂ ਤੋਂ ਇਹ ਲੱਗ ਰਿਹਾ ਸੀਗਾ ਕਿ ਉਹ ਜਿਵੇਂ ਕਿ ਆਪੋਜੀਸ਼ਨ ਪਾਰਟੀ ਦਾ ਪ੍ਰਧਾਨ ਹੋਵੇ ਇਹ ਲੱਗਦਾ ਹੈ ਕਿ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਜਿਹੜੀਆਂ ਦੂਰੀਆਂ ਬਣੀਆਂ ਹੋਈਆਂ ᱛੀਆਂ ਉਹ ਨੇੜੇ ਲੱਗ ਸਕਦੀ ਹੈ ਇਹ ਗੱਲ ਨਵਜੋਤ ਸਿੱਧੂ ਨੂੰ ਸਮਝ ਆ ਗਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਤੋਂ ਬਿਨਾ ਉਹ ਅਜਿਹੇ ਕੰਮ ਕੋਈ ਨਹੀਂ ਕਰਵਾ ਸਕਦੇ ਜਿਹੜੇ ਸਰਕਾਰ ਨੇ ਕਰਨਾ ਕਿਉਂਕਿ ਅਫਸਰਾਂ ਨੇ ਇਹ ਗੱਲ ਮੰਨਣੀ ਆ ਆਫੀਸ਼ੀਅਲੀ ਜੇ ਕੋਈ ਫੈਸਲਾ ਲੈਣਾ ਹੈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆ ਜਾਣਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਰਡਰ ਨਾਲ ਜਿਹੜਾ ਕੰਮ ਆ ਉਹ ਹੋਣਾ ਹੈ ਹਾਈ ਕੋਰਟ ਦੀ ਕਾਰਗੁਜ਼ਾਰੀ ਹਾਈ ਕੋਰਟ ਦਾ ਰੁਖ ਰਿਹਾ ਹੈ ਸੁਮੇਦ ਸੈਣੀ ਲਈ ਸ਼ੁਰੂ ਤੋਂ ਹੀ ਭਾਵੇਂ ਉਹ ਕੋਈ ਵੀ ਮਾਮਲਾ ਹੋਵੇ ਹਾਈ ਕੋਰਟ ਦੀ ਸੁਣਵਾਈ ਤੋਂ ਬਾਅਦ ਇਦਾਂ ਲੱਗਦਾ ਹੈ ਕਿ ਕੋਈ ਵੀ ਜੇਲ ਨਹੀਂ ਬਣੀ ਕੋਈ ਵੀ ਜੇਲ ਦੀਆਂ ਸਲਾਕਾਂ ਨਹੀਂ ਬਣੀਆਂ ਜੋ ਸੁਮੇਦ ਸੈਣੀ ਨੂੰ ਕੈਦ ਕਰ ਸਕਦੀਆਂ ਹੋਣ ਇਹ ਦੇਖੋ ਆਪਣਾ ਕਮਲ ਇਹ ਗੱਲ ਨਹੀਂ ਹੈਗੀ ਕਿ ਕੋਈ ਵੀ ਕਾਨੂੰਨ ਜਾਂ ਕੋਈ ਸੌਰੀ ਕੋਈ ਜੇਲ ਅਜੇ ਹੀ ਨਹੀਂ ਬਣੀ ਕਿ ਉਹਨੀਆਂ ਸਲਾਕਾਂ ਦੇ ਪਿੱਛੇ ਇਹ ਜਾ ਸਕਦੇ ਹਾਂ ਬਿਲਕੁਲ ਜਾ ਸਕਦੇ ਨੇ ਗੱਲ ਇਹ ਹੈ ਕਿ ਕਿੰਨਾ ਕੀਤੇ ਜਿਵੇਂ ਸੁਖ ਸਿੰਘ ਰਧਾਵਾ ਨੇ ਕਿਹਾ ਐਦਾਂ ਹੀ ਪੰਜਾਬ ਦੇ ਬਹੁਤ ਸਾਰੇ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਜਿਹੜੇ ਇਹ ਖਸੇ ਆ ਇਹ ਪੈਦਾ ਹੋ ਰਹੇ ਨੇ ਕਿ ਜਿਹੜੀ ਸਰਕਾਰ ਆ ਉਹ ਜਾਣ ਬੁੱਝ ਕੇ ਡੀਜੀਪੀ ਸਾਹਿਬ ਕਾ ਸਮੇਤ ਸੈਣੀ ਦੀ ਮਦਦ ਕਰ ਰਹੀ ਆ ਜਿਹਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਾਂ ਉਹਨਾਂ ਨੂੰ ਢਿੱਲ ਵਰਤੀ ਜਾ ਰਹੀ ਆ ਲੋਕ ਸਵਾਲ ਚੁੱਕਣਗੇ ਕਿ ਅਮੀਰਾਂ ਵਾਸਤੇ ਕਾਨੂੰਨ ਹੋ ਰਾ ਗਰੀਬਾਂ ਵਾਸਤੇ ਕਾਨੂੰਨ ਹੋ ਰਾ ਬਿਲਕੁਲ ਲੋਕ ਸਵਾਲ ਚੁੱਕ ਰਹੇ ਨੇ ਕਰ ਚੁੱਕਣੇ ਵੀ ਚਾਹੀਦੇ ਨੇ ਕਿ ਆਖਰ ਗਰੀਬਾਂ ਦੀ ਗੱਲ ਕਿਉਂ ਨਹੀਂ ਸੁਣ ਰਹੀ ਜਿਹੜੇ ਗੈਰ ਜਿਨ੍ਹਾਂ ਕੋਲ ਪੈਸਾ ਨਹੀਂ ਜਾਂ ਜਿਨ੍ਹਾਂ ਨਾਲ ਗੈਰ ਮਨੁੱਖੀ ਤਸੀਹੇ ਕਿਤੇ ਜਾਂਦੇ ਨੇ ਜਿਨ੍ਹਾਂ ਨੂੰ ਚੱਕ ਕੇ ਠੁੱਠੇ ਮਾਕਾ ਮੁਕਾਬਲਿਆਂ ਨਾਲ ਵਿਚ ਮਾਰ ਦਿੱਤਾ ਜਾਂਦਾ ਉਹਨਾਂ ਦੇ ਪਰਿਵਾਰ ਆ ਜਿਹੜੇ ਇਨਸਾਫ ਲਈ ਭਟਕਦੇ ਨੇ ਜਾਂ ਜਿਨ੍ਹਾਂ ਨਾਲ ਗੈਰ ਮਨੁੱਖੀ ਵਰਤਾਅ ਕੀਤਾ ਜਾਂਦਾ ਉਹ ਇਨਸਾਫ ਲਈ ਕੋਰਟਾਂ ਵਿੱਚ ਜਾਂਦੇ ਨੇ ਉਹਨਾਂ ਵਾਸਤੇ ਤਰੀਕਦਰ ਤਰੀਕ ਹੀ ਕਿਉਂ ਪੈ ਰਹੀ ਨੇ ਅਮਨਸਰ ਜਿਹੜਾ ਦਿੱਲੀ ਨੈਸ਼ਨਲ ਹਾਈਵੇ ਆ ਉਹ ਜਾਮ ਕੀਤਾ ਗਿਆ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਕਾਰਨ ਇਹ ਨੇ ਕਿ ਗੰਨੇ ਦਾ ਸਮਰਥਨ ਮੁੱਲ ਔਰ ਗੰਨੇ ਦੀ ਬਕਾਇਆ ਰਾਸ਼ੀ ਜਿਹੜੀ ਆ ਉਸ ਨੂੰ ਵਧਾਉਣ ਦੀ ਦੇਣ ਦੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਹੈ ਸਰਕਾਰ ਦੇਖੋ ਜਿਹੜੀਆਂ ਚਾਹੇ ਸਹਿਕਾਰੀ ਖੰਡ ਮਿਲਣਾ ਹੋਣ ਚਾਹੇ ਪ੍ਰਾਈਵੇਟ ਖੰਡ ਮਿਲਣਾ ਹੋਣ ਉਹਨਾਂ ਦਾ ਜਿਹੜੀ ਬਕਾਇਆ ਰਾਸ਼ੀ ਆ ਉਹ ਅਕਸਰ ਕਿਸਾਨਾਂ ਦੇ ਕੰਨੀ ਖੜੀ ਰਹਿ ਜਾਂਦੀ ਆ ਇੱਕ ਸੀਜ਼ਨ ਆ ਜਿਹੜਾ ਪੂਰਾ ਹੋ ਜਾਂਦਾ ਦੂਜਾ ਸੀਜ਼ਨ ਆਉਣ ਵਾਲਾ ਹੋ ਜਾਂਦਾ ਤਾਂ ਵੀ ਕਿਸਾਨਾਂ ਨੂੰ ਗੰਨੇ ਦੀ ਜਿਹੜੀ ਪੇਮੈਂਟ ਆ ਉਹ ਮਿਲ ਨਹੀਂ ਰਹੀ ਦੇਖੋ ਦੋ ਗੱਲਾਂ ਨੇ ਇੱਕ ਤਾਂ ਤੁਸੀਂ ਕਿਸਾਨਾਂ ਨੂੰ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਝੋਨੇ ਤੇ ਕਣਕ ਦਾ ਜਿਹੜਾ ਫਸਲੀ ਚੱਕਰ ਆ ਉਹਦੇ ਵਿੱਚੋਂ ਬਾਹਰ ਨਿਕਲੋ ਜੇ ਕਿਸਾਨਾਂ ਨੂੰ ਤੁਸੀਂ ਫਸਲੀ ਚੱਕਰ ਦੇ ਵਿੱਚੋਂ ਬਾਹਰ ਕੱਢਣਾ ਜਿਹੜੀਆਂ ਆਦਰਜ ਫਸਲ ਨੇ ਝੋਨੇ ਤੋਂ ਕਣਕ ਤੋਂ हट ਕੇ ਜਿਹੜੀਆਂ ਬਾਕੀ ਫਸਲਾਂ ਤਾਂ ਕਿਸਾਨਾਂ ਨੂੰ ਉਹਨਾਂ ਦਾ ਪੂਰਾ ਭਾਅ ਵੀ ਮਿਲਣਾ ਚਾਹੀਦਾ ਤੇ ਉਹਨਾਂ ਦੀ ਜਿਹੜੀ ਅਦਾਇਗੀ ਆ ਉਹ ਵੀ ਸਮੇਂ ਸਿਰ ਮਿਲਣੀ ਚਾਹੀਦੀ ਆ ਤੇ ਫਸਲਾਂ ਦਾ ਜਿਹੜਾ ਮੋਲਾ ਉਹ ਵੀ ਸਹੀ ਮਿਲਣਾ ਚਾਹੀਦਾ ਤਾਂ ਹੀ ਕਿਸਾਨ ਆ ਜਿਹੜੇ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲਣਗੇ ਸਤਿ ਸ਼੍ਰੀ ਅਕਾਲ ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਕਮਨ ਰੀਤਕੌਰ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਸੀਸਵਾ ਫਾਰਮ ਹਾਊਸ ਦੇ ਵਿੱਚ ਅਹਿਮ ਬੈਠਕ ਹੋਈ ਹੈ ਔਰ ਇੱਕ ਚਿੱਠੀ ਨਵਜੋਤ ਸਿੰਘ ਸਿੱਧੂ ਨੇ ਇੱਕ ਮੰਗ ਲਿਖੀ ਹੈ ਚਿੱਠੀ ਦੇ ਵਿੱਚ ਕੁਝ ਮੰਗਾਂ ਲਿਖੀਆਂ ਨੇ ਜੋ ਕੈਪਟਨ ਅਮਰਿੰਦਰ ਸਿੰਘ ਦੇ ਸਪੁਰਦ ਕੀਤੀਆਂ ਨੇ ਉਸ ਚਿੱਠੀ ਦੇ ਰਾਹੀਂ ਔਰ ਉਸ ਤੋਂ ਬਾਅਦ ਕੈਪਟਨ ਨਮਿੰਦਰ ਸਿੰਘ ਨੇ ਜਿਹੜਾ ਐਕਸ਼ਨ ਨੇ ਤੁਰੰਤ ਉਹ ਵੀ ਲਿਆ ਹੈ ਕਿ ਚਿੱਠੀ ਲਿਖੀ ਹੈ ਕਿ ਮੰਗ ਕੀਤੀ ਹੈ ਔਰ ਕੀ ਐਕਸ਼ਨ ਕੈਪਟਨ ਨਮਿੰਦਰ ਸਿੰਘ ਦੇ ਵੱਲੋਂ ਲਿਆ ਗਿਆ ਹੈ ਵਿਸਥਾਰਪੂਰਵਕ ਜਾਣਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛੱਬਰ ਸਰ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਸਰ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਤਲਖੀ ਅਸੀਂ ਜ਼ਰੂਰ ਵੇਖਦੇ ਰਹੇ ਹਾਂ ਸਮੇਂ-ਸਮੇਂ ਤੇ ਔਰ ਉਹਨਾਂ ਦੀ ਮੀਟਿੰਗਸ ਵੀ ਸਮੇਂ-ਸਮੇਂ ਤੇ ਪਾਵੇਂ ਉਹ ਚਾਹ ਹੋਵੇ ਲੰਚ ਹੋਵੇ ਡਿਨਰ ਹੋਵੇ ਉਹ ਵੀ ਅਸੀਂ ਵੇਖਦੇ ਰਹੇ ਹਾਂ ਪਰ ਅੱਜ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਸੀਸਵਾ ਫਾਰਮ ਹਾਊਸ ਦੇ ਵਿੱਚ ਮਿਲੇ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂਕਿ ਅਕਸਰ ਮੰਨਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਸਮਾਂ ਤੇ ਉਹਨਾਂ ਦੇ ਮੰਤਰੀਆਂ ਨੂੰ ਯਾ ਉਹਨਾਂ ਦੇ ਵਿਧਾਇਕਾਂ ਨੂੰ ਵੀ ਨਹੀਂ ਮਿਲਦਾ ਇੱਕ ਤੇ ਸੱਡਨਲੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦਾ ਸਮਾਂ ਮਿਲਿਆ ਹੋਵੇ ਔਰ ਦੂਜੀ ਉਹਨਾਂ ਨੇ ਰੀਐਕਸ਼ਨ ਵੀ ਉਸ ਮੰਗਦੇ ਉੱਤੇ ਜਿਹੜਾ ਕੈਪਟਨ ਨਮਰਿੰਦਰ ਸਿੰਘ ਵੱਲੋਂ ਲਿਆ ਗਿਆ ਦੇਖੋ ਕਮਲ ਸਭ ਤੋਂ ਵੱਡੀ ਗੱਲ ਇਹ ਆ ਆਪਾਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਰਹੇ ਨੇ ਕਿ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਦੇ ਵਿੱਚਕਾਰ ਤਾਲਮੇਲ ਹੋਣਾ ਕੋਆਰਡੀਨੇਸ਼ਨ ਹੋਣਾ ਚਾਹੀਦਾ ਤਾਂ ਹੀ ਜਿਹੜੀ ਲੋਕਾਂ ਦੀਆਂ ਸਮੱਸਿਆਵਾਂ ਮੁਸ਼ਕਲਾਂ ਦਾ ਨਿਪਟਾਰਾ ਜਿਹੜਾ ਹੋ ਸਕੇਗਾ ਆਪਾਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਰਹੇ ਕਿ ਹੁਣ ਉਹਨੂੰ ਆਪਣਾ ਨਵਜੋਤ ਸਿੱਧੂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਉਹ ਸੱਤਾ ਤੇ ਰਪਾਰਟੀ ਦਾ ਪ੍ਰਧਾਨ ਆ ਪਰ ਜਿਵੇਂ ਕਿ ਉਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਸੀ ਜਾਂ ਜਿਵੇਂ ਦੇ ਉਹ ਸਮੋਦਨ ਕਰ ਰਿਹਾਤਾ ਪਿਛਲੇ ਕਈ ਦਿਨਾਂ ਤੋਂ ਇਹ ਲੱਗ ਰਿਹਾ ਸੀਗਾ ਕਿ ਉਹ ਜਿਵੇਂ ਕਿ ਆਪੋਜੀਸ਼ਨ ਪਾਰਟੀ ਦਾ ਪ੍ਰਧਾਨ ਹੋਵੇ ਇਸ ਕਰਕੇ ਹੋ ਸਕਦਾ ਹੈ ਕਿ ਜਿਹੜੇ ਪਾਰਟੀ ਦੇ ਹੋਰ ਕਾਰਜਕਾਰੀ ਪ੍ਰਧਾਨ ਆ ਜਾਂ ਹੋਰ ਆਗੂ ਨੇ ਉਹਨਾਂ ਨੇ ਨਵਜੋਤ ਸਿੱਧੂ ਨੂੰ ਸਮਝਾਇਆ ਹੋਵੇ ਜਾਂ ਸਲਾਹਕਾਰਾਂ ਨੇ ਸਲਾਹ ਦਿੱਤੀ ਹੋਵੇ ਕਿ ਮੁੱਖ ਮੰਤਰੀ ਤੋਂ ਇਹ ਭਰੋਸੇ ਵਿੱਚ ਲਏ ਬਗੈਰ ਮੁੱਖ ਮੰਤਰੀ ਨੂੰ ਮਿਲੇ ਬਗੈਰ ਉਹਨਾਂ ਦੀ ਗੱਲ ਬਣਨ ਵਾਲੀ ਨਹੀਂ ਇਸ ਕਰਕੇ ਅੱਜ ਸਵੇਰੇ ਨਵਜੋਤ ਸਿੱਧੂ ਪ੍ਰਗਟ ਸਿੰਘ ਜਿਹੜੇ ਜਨ ਸਕੱਤਰ ਬਣਦੇ ਤੇ ਕਲਜੀਤ ਨਾਗਰਾ ਹੋਣੀ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ ਮੀਟਿੰਗ ਕੀਤੀ ਆ ਤੇ ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਇਸ ਸਾਰੀ ਮੀਟਿੰਗ ਦੇ ਵਿੱਚ ਜੇ ਭੂਮਿਕਾ ਨਿਭਾਈ ਆ ਤਾ 파ਰਗਤ ਸਿੰਘ ਤੇ ਕੁਲਜੀਤ ਨਾਗਰੇਦੀ ਹੋ ਸਕਦੀ ਹੈ ਕਿਉਂਕਿ ਕੁਲਜੀਤ ਨਾਗਰੇ ਆ ਜਿਹੜੇ ਉਹ ਮੁੱਖ ਮੰਤਰੀ ਨੇ ਆਪਣੇ ਪੋਲੀਟੀਕਲ ਐਡਵਾਈਜ਼ਰ ਲਗਾਏ ਸਨ ਪਿਛਲੇ ਸਮੇਂ ਦੇ ਦੌਰਾਨ ਹੁਣ ਉਹਨਾਂ ਨੇ ਇਸ ਇੱਕ ਚਿੱਠੀ ਉੱਥੇ ਜਿਹੜੀ ਮੁੱਖ ਮੰਤਰੀ ਨੂੰ ਸੌਂਪੀ ਆ ਕਿ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਦੇ ਉਹਨਾਂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭੀ ਆ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਸਬਿਆਂ 'ਚ ਗਏ ਨੇ ਉੱਥੇ ਪਾਰਟੀ ਦੇ ਵਰਕਰਾਂ ਨੇ ਆਗੂਆਂ ਨੇ ਇੱਕ رائے ਦਿੱਤੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਪਾਰਟੀ ਦੇ ਵਰਕਰਾਂ ਦੀਆਂ ਜਿਹੜੀਆਂ ਮੰਗਾਂ ਹਨ ਮੁਸ਼ਕਲਾਂ ਉਹਨਾਂ ਦਾ ਨਿਪਟਾਰਾ ਕਰਨਾ ਚਾਹੀਦਾ ਇਸ ਕਰਕੇ ਕਿ ਉਹਨਾਂ ਦੀ ਡਿਮਾਂਡ ਹੈ ਕਿ ਕਾਂਗਰਸ ਭਵਨ ਦੇ ਵਿੱਚ ਰਜਾਨਾ ਇੱਕ ਮੰਤਰੀ ਆ ਜਿਹੜਾ ਬੈਠਣਾ ਚਾਹੀਦਾ ਇਸ ਡਿਮਾਂਡ ਨੂੰ ਉਹਨਾਂ ਨੇ ਮੰਨ ਲਿਆ ਤੇ ਬਕਾਇਦਾ ਉੱਥੇ ਮੰਤਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਹਫਤੇ ਦੇ ਵਿੱਚ 5 ਦਿਨ ਜਨ ਕਿ ਵਰਕਿੰਗ ਡੇ ਦੇ ਵਿੱਚ ਅਲਾਇਦਾ ਅਲਾਇਦਾ ਦਿਨ ਅਲੱਗ-ਅਲੱਗ ਮੰਤਰੀ ਜਿਹੜੇ ਬੈਠਣਗੇ ਸਾਰਿਆਂ ਦਾ ਸ਼ੁਕਰਵਾਰ ਅਲੱਗ-ਅਲੱਗ ਮੰਤਰੀ ਬੈਠੇਗਾ ਹਾਂ ਜਿਨ ਕਿ ਸੋਮਵਾਰ ਨੂੰ ਇੱਕ ਮੰਤਰੀ ਬੈਠੇਗਾ ਮੰਗਲਵਾਰ ਨੂੰ ਦੂਜਾ ਮੰਤਰੀ ਬੈਠੇਗਾ ਤੀਜਾ ਹੋਰ ਕੋਈ ਤੇ ਜਿਹੜੇ ਮੰਤਰੀ ਆ ਸਾਰਿਆਂ ਦਾ ਇੱਕ ਟਾਈਮ ਬਣਾ ਦਿੱਤਾ ਉਹਨਾਂ ਦਾ ਸ਼ਡਿਊਲ ਆ ਜਿਹੜਾ ਉਹਨਾਂ ਨੇ ਜਾਰੀ ਕਰ ਦਿੱਤਾ ਕਿ ਕਿਹੜੀ ਤਰੀਕ ਨੂੰ ਕਿਹੜਾ ਮਨਿਸਟਰ ਆ ਜਿਹੜਾ ਕਾਂਗਰਸ ਭਵਨ ਦੇ ਵਿੱਚ ਬੈਠੇਗਾ ਇਹ ਬਹੁਤ ਵਾਰੀ ਜਿਹੜੀਆਂ ਗੱਲਾਂ ਪਿਛਲੇ ਸਵੇਂਦਰਾਨ ਹੋਈਆਂ ਕਾਂਗਰਸ ਦੇ ਜਿਹੜੇ ਸਾਬਕਾ ਪ੍ਰਧਾਨਾ ਸੁਨੀਲ ਜਾਕਰ ਆ ਉਹ ਵੀ ਕਹਿੰਦੇ ਰਹੇ ਕਿ ਉੱਥੇ ਇੱਕ ਮਿਨਿਸਟਰ ਆ ਜਿਹੜਾ ਬੈਠਣਾ ਚਾਹੀਦਾ ਹੈ ਇੱਕ ਦੋ ਵਾਰੀ ਬੈਠੇ ਵੀ ਆ ਉਤੇ ਵਾਦੇ ਜਦੋਂ ਸ਼ੁਰੂਆਤ ਹੁੰਦੀ ਆ ਤਾਂ ਉੱਥੇ ਮਿਨਿਸਟਰ ਬੈਠਦੇ ਨੇ ਪਰ ਜਦੋਂ ਹੌਲੀ ਹੌਲੀ ਦਿਨ ਹੋਰ ਵੱਧਦੇ ਜਾਂਦੇ ਨੇ ਤਾਂ ਇਹ ਕੰਮ ਆ ਜਿਹੜਾ ਖਤਮ ਹੋ ਜਾਂਦਾ ਨਵਾਂ ਨਵਾਂ ਚਾਹ ਖਤਮ ਨਵਾਂ ਨਵਾਂ ਚਾਹ ਖਤਮ ਜਾਂਦਾ ਪਰ ਹੁਣ ਲੱਗਦਾ ਕਿ ਚਾਹ ਖਤਮ ਨਹੀਂ ਹੋਵੇਗਾ ਕਿਉਂਕਿ ਵੋਟਾਂ ਜਿਹੜੀਆਂ ਬਹੁਤ ਨੇੜੇ ਆ ਰਹੀਆਂ ਨੇ ਵੋਟਾਂ ਦੇ ਦੇਣਾ ਜਿਹੜੇ ਹੌਲੀ ਹੌਲੀ ਇੱਕ ਇੱਕ ਕਰਕੇ ਦੇਣਾ ਜਿਹੜਾ ਉਹ ਘਟਦਾ ਜਾ ਰਿਹਾ ਹੈ ਇਸ ਕਰਕੇ ਹੁਣ ਮੰਤਰੀ ਲਗਾਤਾਰ ਬੈਠਣਗੇ ਲੱਗ ਰਿਹਾ ਹੈ ਕਿ ਦੂਜੀ ਵੱਡੀ ਗੱਲ ਇਹ ਆ ਅੱਗੇ ਸਰਕਾਰ ਦੇ ਵਿੱਚ ਮੰਤਰੀਆਂ ਦੀ ਦਬਦਬਾ ਹੁੰਦਾ ਸੀਗਾ ਕਈ ਮੰਤਰੀਆਂ ਦਾ ਉਹ ਮੁੱਖ ਸੀਐਮਓ ਦੇ ਵਿੱਚ ਜਾਂਦੇ ਤੇ ਉੱਥੇ ਜਿਹੜਾ ਦਫ਼ਤਰ ਦਾ ਇੰਚਾਰਜ ਤੇ ਉਹ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਜਿਹੜੇ ਪੋਲੀਟੀਕਲ ਸੈਕਟਰੀ ਨੇ ਸਖਤਰ ਬਣਾਏ ਹੋਏ ਨੇ ਆਪਣਾ ਕੈਪਟਨ ਸੰਦੀਪ ਸੰਧੂ ਉਹ ਸੀਗੇ ਇਤਨਾ ਕਿਤੇ ਸਰਕਾਰ ਦੇ ਅੰਦਰ ਕੰਮ ਚੱਲ ਰਹੇ ਤੇ ਹੁਣ ਜਦੋਂ ਦਾ ਪਾਰਟੀ ਦੇ ਵਿੱਚ ਗਰੁੱਪੀਜਮ ਸ਼ੁਰੂ ਹੋਇਆ ਜਾਂ ਗੱਲਬਾਤ ਇਦਾਂ ਦਾ ਮਾਹੌਲ ਪੈਦਾ ਹੋਇਆ ਜੇ ਜਿਹੜੇ ਤਿੰਨ ਚਾਰ ਮੰਤਰੀ ਤੇ ਜਿਨ੍ਹਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਤਰਫ ਤਰਜਿੰਦਰ ਸਿੰਘ ਆਵਾਜਵਾ ਚਾਰਾਂਜੀਤ ਸਿੰਘ ਚੰਨੀ ਤੇ ਹੋਰ ਇਹ ਲੱਗਣ ਲੱਗ ਗਿਆ ਕਿ ਮੰਤਰੀ ਇੱਕ ਪਾਸੇ ਨੇ ਮੁੱਖ ਮੰਤਰੀ ਇੱਕ ਪਾਸੇ ਇੱਕ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੇ ਜਿਹੜੇ ਡਿਫਰੈਂਸ ਜਿਹਾ ਉਹ ਪੈਦਾ ਹੋ ਚੁੱਕੇ ਨੇ ਹੁਣ ਉਹ ਮਤਿਆਂ ਨੂੰ ਵੀ ਇਹ ਲੱਗ ਰਿਹਾ ਕਿ ਉਹਨਾਂ ਨੇ ਜੇ ਸਰਕਾਰ ਤੇ ਕੰਮ ਕਰਾਉਣੇ ਆ ਦਬਾਅ ਬਣਾਉਣੇ ਆ ਤਾਂ ਪਾਰਟੀ ਦਾ ਜਿਹੜਾ ਸੰਗਠਨ ਆ ਉਹਦੇ ਰਾਹੀਂ ਇਹ ਕੰਮ ਜਿਹੜੇ ਕਰਵਾਏ ਜਾਂਦੇ ਆ ਹੁਣ ਜਿਹੜੇ ਕਈ ਕੰਮ ਇਹ ਜਿਹੇ ਆ ਜਿਹੜੇ ਚੰਡੀਗੜ੍ਹ ਤੋਂ ਬਾਹਰ ਦਿੱਲੀ ਹੋ ਕੇ ਚੰਡੀਗੜ੍ਹ ਕਰਵਾਏ ਜਾ ਰਹੇ ਨੇ ਕਿਤਨਾ ਕਿਤੇ ਪਾਰਟੀ ਹਾਈ ਕਮਾਂਡ ਦਾ ਜਿਹੜਾ ਦਬਾਅ ਏ ਪ੍ਰੈਸ਼ਰ ਆ ਉਹ ਪਵਾਇਆ ਜਾ ਰਿਹਾ ਮੁੱਖ ਮੰਤਰੀ ਨੂੰ ਉਹਦੇ ਰਾਹੀਂ ਕੰਮ ਆ ਜਿਹੜੇ ਹੋ ਰਹੇ ਨੇ ਇਸ ਕਰਕੇ ਮੁੱਖ ਮੰਤਰੀ ਨੇ ਅੱਜ ਜਿਹੜੀ ਇਹ ਗੱਲ ਮੰਨ ਲਈ ਕਿ ਹਰੇਕ ਮੰਤਰੀ ਆ ਜਿਹੜਾ ਹਫਤੇ ਦੇ ਵਿੱਚ 5 ਦਿਨ ਉੱਥੇ ਬੈਠਿਆ ਕਰੇਗਾ ਇਹ ਚੰਗੀ ਗੱਲ ਆ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਾਂਗਰਸ ਵਰਕਰ ਦੀ ਜਿਹੜੀ ਸੁਣਵਾਈ ਆ ਉਹ ਸ਼ੁਰੂ ਹੋ ਸਕਦੀ ਆ ਦੂਜੇ ਪਾਸੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੇ ਸਰਕਾਰ ਦੇ ਵਿੱਚ ਇੱਕ ਤਾਲਮੇਲ ਬਣਾਉਣ ਵਾਸਤੇ ਇੱਕ ਕੋਆਰਡੀਨੇਸ਼ਨ ਬਣਾਉਣ ਵਾਸਤੇ ਇੱਕ 10 ਮੈਂਬਰੀ ਕਮੇਟੀ ਬਣਾਈ ਆ ਜ ਜਿਹਦੀ ਅਗਵਾਈ ਆ ਜਿਹੜੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਖੁਦ ਕਰਨਗੇ ਜਿਹਦੇ ਵਿੱਚ ਨਵਜੋਤ ਸਿੱਧੂ ਹੋਗੇ ਬ੍ਰਹਮਿੰਦਰਾ ਹੋਗੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਗੇ ਤੇ ਨਾਲ ਦੀ ਨਾਲ ਅਰਨਾ ਚੌਧਰੀ ਹੋਗੇ ਇਹ ਤਾਂ ਤਿੰਨ ਮੰਤਰੀ ਮੁੱਖ ਮੰਤਰੀ ਤੇ ਪ੍ਰਧਾਨ ਪੰਜ ਇਹ ਹੋਗੇ ਤੇ ਚਾਰ ਜਿਹੜੇ ਉਹਨਾਂ ਦੇ ਕਾਰਜਕਾਰੀ ਸਲਾਹ ਸੌਰੀ ਕਾਰਜਕਾਰੀ ਪ੍ਰਧਾਨ ਲੱਗੇ ਨੇ ਜਿੱਚ ਕੁਲਜੀਤ ਨਾਗਰਾ ਹੋ ਗਿਆ ਸੁਖਵਿੰਦਰ ਸਿੰਘ ਡੈਣੀ ਹੋ ਗਿਆ ਤੇ ਨਾਲ ਸੰਗਤ ਸਿੰਘ ਗਲ ਜਿਓਗੇ ਤੇ ਭਵਨ ਜੋਗੀ ਨਾ ਹੋਗੇ ਤੇ 1 ਦਸਵਾਂ ਰਹਿ ਗਿਆ ਜਿਹੜਾ ਪਾਰਟੀ ਦਾ ਜਨ ਸਕੱਤਰ ਬਣਾਇਆ ਗਿਆ ਪਰਗਟ ਸਿੰਘ ਇਸ ਕਰਕੇ 10 ਮੈਂਬਰੀ ਕਮੇਟੀ ਆ ਜਿਹੜੀ ਉਹ ਬਣ ਗਈ ਇਹ ਜਿਹੜੀ ਹੁਣ ਕਮੇਟੀ ਆ ਇਹ ਬੈਠ ਕੇ ਵਿਚਾਰ ਬਿਮਾਰਸ਼ ਕਰੇ ਕਰੇਗੀ ਵਿਚਾਰ ਚਰਚਾ ਕਰੇਗੀ ਕਿਹੜੇ ਕਿਹੜੇ ਮਸਲੇ ਆ ਕਿਵੇਂ ਕਿਵੇਂ ਹੱਲ ਹੋਣਿਆ ਹੁਣ ਇਹ ਲੱਗਣ ਲੱਗਿਆ ਕਿ ਜਿਹੜੀ ਕਾਂਗਰਸ ਪਾਰਟੀ ਤੇ ਕਾਂਗਰਸ ਸਰਕਾਰ ਆ ਕਿਤਨਾ ਕਿਤੇ ਹੁਣ ਹਰਕਤ ਵਿੱਚ ਆਉਣ ਲੱਗਿਆ ਭਾਵੇਂ ਕਿ ਆਉਣ ਵਾਲੀਆਂ ਵੋਟਾਂ ਹੀ ਸਹੀ ਕਈ ਵਾਰੀ ਜਾਂਦੇ ਜਾਂਦੇ ਜਿਹੇ ਮਸਲੇ ਆ ਜਿਹੜੇ ਉਹ ਹੱਲ ਹੋ ਸਕਦੇ ਬਹੁਤ ਸਾਰੇ ਮਸਲੇ ਆ ਬਹੁਤ ਸਾਰੀਆਂ ਸਮੱਸਿਆਵਾਂ ਆ ਜਿਨ੍ਹਾਂ ਦਾ ਨਿਪਟਾਰਾ ਨਹੀਂ ਹੋ ਸਕਿਆ ਹੂੰ ਕਿਤਨਾ ਕਿਤੇ ਅਜਈਆਂ ਗੱਲਾਂ ਨੇ ਜਿਹੜੀਆਂ ਇਹ ਲੱਗ ਰਿਹਾ ਕਿ ਜਿਹਦੇ ਕਰਕੇ ਪਾਰਟੀ ਦਾ ਨੁਕਸਾਨ ਹੋ ਰਿਹਾ ਕੁਝ ਗੱਲਾਂ ਅਜਈਆਂ ਨੇ ਜਿਹਦੇ ਕਰਕੇ ਪਾਰਟੀ ਦੇ ਵਿੱਚ ਮੰਤਰੀ ਤੇ ਪਹਿਲਾਂ ਹੌਲੀ ਹੌਲੀ ਬੋਲਦੇ ਤੇ ਫਿਰ ਖੁੱਲਕੇ ਬੋਲਣ ਲੱਗ ਗਏ ਫਿਰ ਧੂਆਂ ਨਿਕਲ ਕੇ ਬਾਹਰ ਗਿਆ ਬਗਾਵਤ ਤੱਕ ਦੀਆਂ ਗੱਲਾਂ ਆ ਪੰਜਾਬ ਕਾਂਗਰਸ ਦਾ ਪ੍ਰਧਾਨ ਚੇਂਜ ਹੋਇਆ ਪਾਰਟੀ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਗਤੀਵਧੀਆਂ ਉਹ ਵਧੀਆਂ ਦੇ ਦਿੱਲੀ ਦੇ ਵਿੱਚ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਮੰਤਰੀਆਂ ਦੀ ਉੱਤੇ ਪੇਛੀ ਪਈ ਤਾਂ ਜਾ ਕੇ ਮਸਲਾ ਸੁੱਲਝ ਰਿਹਾ ਹੈ ਇਹ ਲੱਗਦਾ ਹੈ ਕਿ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚਕਾਰ ਜਿਹੜੀਆਂ ਦੂਰੀਆਂ ਬਣੀਆਂ ਹੋਈਆਂ ᱛੀਆਂ ਉਹ ਨੇੜੇ ਲੱਗ ਸਕਦੀ ਹੈ ਇਹ ਗੱਲ ਨਵਜੋ ਸਿੱਧੂ ਨੂੰ ਸਮਝ ਆ ਗਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਤੋਂ ਬਿਨਾ ਉਹ ਅਜਿਹੇ ਕੰਮ ਕੋਈ ਨਹੀਂ ਕਰਵਾ ਸਕਦੇ ਜਿਹੜੇ ਸਰਕਾਰ ਨੇ ਕਰਨੇ ਕਿਉਂਕਿ ਅਫਸਰਾਂ ਨੇ ਜੇ ਗੱਲ ਮੰਨਣੀ ਆ ਆਫੀਸ਼ੀਅਲੀ ਜੇ ਕੋਈ ਫੈਸਲਾ ਲੈਣਾ ਹੈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆ ਜਾਣਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਰਡਰ ਨਾਲ ਜਿਹੜਾ ਕੰਮ ਆ ਉਹ ਹੋਣਾ ਹੈ ਹੁਣ ਜਿਵੇਂ ਕਿ ਨਵਜੋ ਸਿੱਧੂ ਤੇ ਬਾਅਦ ਜਿਹੜੇ ਅਗਲੇ ਜਿਹੜੇ ਮੰਤਰੀ ਆ ਜਿਹੜੇ ਕਾਫੀ ਤਿੱਖਾ ਬੋਲਦੇ ਨੇ ਜਾਂ ਟਵੀਟ ਕਰਦੇ ਨੇ ਉਹ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੇ ਵੀ ਅੱਜ ਸਵੇਰੇ ਇੱਕ ਟਵੀਟ ਕਰਦਾ ਮੈਨੂੰ ਲੱਗਦਾ ਹੀ ਸੀਗਾ ਕਿ ਤੁਸੀਂ ਸਵਾਲ ਪੁੱਛੋਗੇ ਇਹ ਕਿ ਜਿਹੜਾ ਸਮੇਤ ਸੈਣੀ ਨੂੰ ਜਿਹੜੇ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਹੈ ਜਾਂ ਉਹਨਾਂ ਨੂੰ ਹਾਈ ਕੋਰਟ ਨੇ ਰਿਹਾ ਕਰ ਦਿੱਤਾ ਗਿਆ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਇਹ ਸਾਰੇ ਮਾਮਲੇ ਦੇ ਵਿੱਚ ਕਿਤਨਾ ਕਿਤੇ ਜਿਹੜੀ ਢੇਲਾ ਉਹ ਹੋ ਰਹੀ ਆ ਉਹਨਾਂ ਨੇ ਤਵੀਟ ਕਰਕੇ ਮੁੱਖ ਮੰਤਰੀ ਕੈਪਟਨ ਮਰਿੰਦਾ ਸਿੰਘ ਹਰਾਂ ਤੋਂ ਡਿਮਾਂਡ ਕੀਤੀ ਆ ਕਿ ਐਡਵੋਕੇਟ ਜਨਰਲ ਨੇ ਜਿਹੜੇ ਅਤੁਲ ਲੰਦਾ ਜੀ ਡੀਜੀਪੀ ਗ੍ਰੈਸ 71 ਨੇ ਜਿਹੜੇ ਇਹ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਠੀਕ ਨਹੀਂ ਇਹ ਸਰਕਾਰ ਦਾ ਪੱਖ ਚੰਗੀ ਤਰ੍ਹਾਂ ਨਹੀਂ ਰੱਖ ਸਕੇ ਜਿਹਦੇ ਕਰਕੇ ਉੱਥੇ ਸਮੇਤ ਸੈਣੀ ਨੂੰ ਰਿਹਾ ਕਰਨਾ ਪਿਆ ਵੀ ਕਿਤਨਾ ਕੀਤੇ ਜਿਹੜੀਆਂ ਖਾਮੀਆਂ ਪਿਛਲੇ ਕਾਫੀ ਸਮੇਂ ਤੋਂ ਚਾਹੇ ਸਾਬਕਾ ਪ੍ਰਧਾਨ ਸੁਨੀਲ ਗਾਖੜ ਜੀ ਹੋਣ ਅ ਤ੍ਰਿਪਤੀ ਰਜਿੰਦਰ ਬਾਜਵਾ ਹੋਣ ਤੇ ਸੁਖਜਿੰਦਰ ਸਿੰਘ ਰੰਧਾਵਾ ਹੋਵੇ ਕਈ ਮੁੱਦਿਆਂ ਨੂੰ ਲੈ ਕੇ ਬਾਰ-ਬਾਰ ਇਹ ਜਿਹੜੇ ਸਾਡੇ ਐਡਵੋਕੇਟਰ ਜਨਰਲ ਨੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਚੁੱਕਦੇ ਰਹੇ ਨੇ ਕਈ ਮੀਟਿੰਗਾਂ ਵਿੱਚ ਤਾਂ ਆਪਣੇ ਸਾਬਕਾ ਪ੍ਰਧਾਨ ਨੇ ਸੁਨੀਲ ਜਾਖੜੂਣਾ ਨੇ ਉਹਨਾਂ ਦੀ ਚੰਗੀ ਲਾਹਤ ਵੀ ਕੀਤੀ ਆ ਕਿਉਂਕਿ ਜਿਹੜੇ ਚਾਹੇ ਕੋਲ ਵਾਸ਼ਿੰਗ ਵਾਲਾ ਮਾਮਲਾ ਹੋਵੇ ਉਹਦੇ ਵਿੱਚ ਵੀ ਸਰਕਾਰ ਹਰੀ ਆ ਤੇ ਹੋਰ ਕਈ ਮਸਲੇ ਨੇ ਜਿਦੇ ਵਿੱਚ ਬਾਰ-ਬਾਰ ਹਾਈ ਕੋਰਟ ਤੇ ਜਾਂ ਸੁਪਰੀਮ ਕੋਰਟ ਤੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ ਜਾਂ ਸਰਕਾਰ ਦੀ ਹਾਰ ਹੋਈ ਆ ਜਿਵੇਂ ਕਿ ਕੋਟਕਪੂਰਾ ਗੋਲੀ ਗਾਂਡ ਵਾਲਾ ਮਾਮਲਾ ਹੋਵੇ ਜਿਹੜਾ ਸਿੱਖਾਂ ਨਾਲ ਜੁੜਿਆ ਹੋਇਆ ਤਾਂ ਫਿਰ ਇਹ ਸੁਮੇਤ ਸੈਣੀ ਵਾਲਾ ਇਹਦੇ ਨਾਲ ਜਿਹੜੀ ਇੱਕ ਪੰਜਾਬ ਦੀ ਜਿਹੜੀ ਬਹੁ ਗਿਣਤੀ ਆ ਸਿੱਖ ਨੇ ਉਹ ਇਹ ਚਾਹੁੰਦੇ ਨੇ ਕਿ ਸਮੇਤ ਸੈਣੀਆ ਜਿਨੇ ਪਿਛਲੇ ਸਮੇਂ ਦੇ ਦੌਰਾਨ ਆਪਣੇ ਕਾਰਜਕਾਲ ਦੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਆ ਰੱਜ ਕੇ ਲੋਕਾਂ ਨੂੰ ਪੜਤਾੜਤ ਕੀਤਾ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਸ ਕਰਕੇ ਇਹ ਸਾਰੀਆਂ ਗੱਲਾਂ ਹੁਣ ਇੱਕ ਤਾਂ ਸੱਚਮੁੱਚ ਜਿਹੜੇ ਸਿੱਖਾ ਉਹ ਸਮੇਤ ਸੈਣੀ ਨੂੰ ਅੰਦਰ ਦੇਖਣਾ ਚਾਹੁੰਦੇ ਨੇ ਤੇ ਇਹ ਲੱਗਦਾ ਜਿਹੜੇ ਪੋਲਿਟੀਕਲ ਬੰਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਜਾਂ ਦੂਜੇ ਹੋਰ ਨੇ ਉਹਨਾਂ ਨੂੰ ਇਹ ਲੱਗਦਾ ਵੀ ਕਿ ਕਿਤੇ ਨਾ ਕਿਤੇ ਇਹ ਮੁੱਦੇ ਆ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਜੁੜੇ ਹੋਏ ਨੇ ਲੋਕਾਂ ਨੇ ਭਾਵਨਾ ਨਾਲ ਜੁੜੇ ਹੋਏ ਨੇ ਲੋਕ ਚਾਹੁੰਦੇ ਨੇ ਕਿ ਜਿਹੜੇ ਸਿੱਖਾਂ ਦੇ ਮਸਲੇ ਆ ਉਹ ਹੱਲ ਕੀਤੇ ਜਾਣ ਸੁਮੇਤ ਸੈਣੀ ਜੀ ਸਰ ਤੁਸੀਂ ਗੱਲ ਕੀਤੀ ਹੈ ਤੇ ਆਪਾਂ ਗੱਲ ਕਰ ਹੀ ਲਈਏ ਕਿ ਕੱਲ ਬੜੀ ਕੁਰਿਓਸਿਟੀ ਸੀਗੀ ਕਿ ਅਦਾਲਤ ਦੀ ਪੇਸ਼ੀ ਦੇ ਵਿੱਚ ਕੀ ਹੋਣ ਵਾਲਾ ਕਿਉਂਕਿ ਜਿਸ ਤਰੀਕੇ ਨਾਲ ਜੇਲ੍ਹ ਚੋਂ ਤਸਵੀਰਾਂ ਵਾਇਰਲ ਹੋਈਆਂ ਸੁਮੇਤ ਸੈਣੀ ਦੀਆਂ ਬਹੁਤ ਸਾਰੇ ਉਸ ਦੇ ਪੀੜਤ ਵੀ ਖੁਸ਼ ਹੋਏ ਕਿ ਕਿਸ ਤਰੀਕੇ ਨਾਲ ਮਨੁੱਖੀ ਤਸ਼ੱਦਦ ਜਿਨ੍ਹਾਂ ਤੇ ਢਾਆ ਗਿਆ ਹਾਲਕਿ ਉਹ ਇਸ ਦੁਨੀਆ 'ਚ ਨਹੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਸਕੂਨ ਮਿਲਿਆ ਸੀ ਕੁਝ ਸਮੇਂ ਦੇ ਲਈ ਪਰ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਦੀ ਕਾਰਗੁਜ਼ਾਰ ਸੈਣੀ ਲਈ ਸ਼ੁਰੂ ਤੋਂ ਹੀ ਭਾਵੇਂ ਉਹ ਕੋਈ ਵੀ ਮਾਮਲਾ ਹੋਵੇ ਹਾਈ ਕੋਰਟ ਦੀ ਸੁਣਵਾਈ ਤੋਂ ਬਾਅਦ ਇਦਾਂ ਲੱਗਦਾ ਹੈ ਕਿ ਕੋਈ ਵੀ ਜੇਲ ਨਹੀਂ ਬਣੀ ਕੋਈ ਵੀ ਜੇਲ ਦੀਆਂ ਸਲਾਕਾਂ ਨਹੀਂ ਬਣੀਆਂ ਜੋ ਸੁਮੇਤ ਸੈਣੀ ਨੂੰ ਕੈਦ ਕਰ ਸਕਦੀਆਂ ਹੋਣ ਇਹ ਦੇਖੋ ਆਪਣਾ ਕਮਲ ਇਹ ਗੱਲ ਨਹੀਂ ਹੈਗੀ ਕਿ ਕੋਈ ਵੀ ਕਾਨੂੰਨ ਜਾਂ ਕੋਈ ਸੌਰੀ ਕੋਈ ਜੇਲ ਅਜੇ ਹੀ ਨਹੀਂ ਬਣੀ ਕਿ ਉਹਨੀਆਂ ਸਲਾਕਾਂ ਦੇ ਪਿੱਛੇ ਇਹ ਜਾ ਸਕਦੇ ਹੁਣ ਬਿਲਕੁਲ ਜਾ ਸਕਦੇ ਨੇ ਗੱਲ ਇਹ ਹੈ ਕਿ ਕਿੰਨਾ ਕੀਤੇ ਜਿਵੇਂ ਸੁਖ ਸਿੰਘ ਰਧਾਵਾ ਨੇ ਕਿਹਾ ਐਦਾਂ ਹੀ ਪੰਜਾਬ ਦੇ ਬਹੁਤ ਸਾਰੇ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਜਿਹੜੇ ਇਹ ਖਦਸੇ ਆ ਇਹ ਪੈਦਾ ਹੋ ਰਹੇ ਨੇ ਕਿ ਜਿਹੜੀ ਸਰਕਾਰ ਆ ਉਹ ਜਾਣ ਬੁੱਝ ਕੇ ਡੀਜੀਪੀ ਸਾਹਿਬ ਕਾ ਸਮੇਤ ਸੈਣੀ ਦੀ ਮਦਦ ਕਰ ਰਹੀ ਆ ਜਿਹਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਾਂ ਉਹਨਾਂ ਨੂੰ ਢਿੱਲ ਵਰਤੀ ਜਾ ਰਹੀ ਆ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਆਮ ਲੋਕਾਂ ਲਈ ਕਿੰਨੀਆਂ ਰਾਤਾਂ ਨੂੰ ਖੁੱਲਦੀਆਂ ਜਾਂ ਇੰਨੀ ਲੰਬੀ ਅਦਾਲਤਾਂ ਦੇ ਵਿੱਚ ਕੰਮ ਕਰਕੇ ਤੇ ਹੁੰਦਾ ਆਮ ਲੋਕਾਂ ਵਾਂ ਤੇ ਬਿਲਕੁਲ ਨਹੀਂ ਹੁੰਦਾ ਗੋਸਵਾਮੀ ਪੱਤਰਕਾਰ ਸੀਗਾ ਉਹਦੇ ਵਾਸਤੇ ਰਾਤੋ ਰਾਤ ਸੁਪਰੀਮ ਕੋਰਟ ਖੁੱਲਦੀ ਆ ਤੇ ਉਹਨਾਂ ਨੂੰ ਜਵਾਬ ਤੇ ਦਿੱਤੀ ਜਾਂਦੀ ਆ ਠੀਕ ਆ ਭਾਜਪੀ ਦੇ ਕੁਝ ਆਗੂਆਂ ਨੂੰ ਰਾਜਪੂਰੇ ਦੇ ਵਿੱਚ ਪਟਿਆਲੇ ਦੇ ਵਿੱਚ ਘਰਾਓ ਕੀਤਾ ਜਾਂਦਾ ਰਾਤ ਨੂੰ ਨਜ਼ਰਬੰਦ ਕੀਤਾ ਜਾਂਦਾ ਕਿਸਾਨਾਂ ਵੱਲੋਂ ਉਹ ਤੋਂ ਸਪੈਸ਼ਲ ਜਿਹੜੀ ਇੱਕ ਜਨਹਿੱਤ ਜੱਜਕਾ ਪਾਈ ਜਾਂਦੀ ਆ ਤੇ ਰਾਤ ਨੂੰ ਦੀ ਸੁਣਵਾਈ ਹੁੰਦੀ ਆ ਤੇ ਇਸ ਮਾਮਲੇ ਦੇ ਵਿੱਚ ਰਾਤ ਨੂੰ ਚੱਕਿਆ ਜਾਂਦਾ ਰਾਤ ਨੂੰ ਪੈ ਜਾਂਦੇ ਸਵੇਰ ਤੇ ਹੀ ਜਿਹੜੀ ਇਹ ਸਿਸਟਮ ਆ ਕਾਰਵਾਈ ਸ਼ੁਰੂ ਹੁੰਦੀ ਆ ਕੋਰਟ ਦੇ ਵਿੱਚ ਇਹ ਲੰਬੀ ਦੇ ਜਿਹੜੀ ਚੱਲਦੀ ਆ ਰਾਤ ਨੂੰ 11 ਤੱਕ ਜਿਹੜੀ ਕਾਰਵਾਈ ਆ ਇਹ ਚੱਲਦੀ ਰਹਿੰਦੀ ਆ ਸਵੇਰ ਤੋਂ ਲੁੱਕ ਕੇ ਸ਼ੁਰੂ ਹੋ ਕੇ ਆ ਨਾ ਕਿੰਨੇ ਘੰਟੇ ਕਾਰਵਾਈ ਹੋਈ ਆ ਆਮ ਲੋਕਾਂ ਵਾਸਤੇ ਕਹੀ ਜੀ ਕਾਰਵਾਈ ਹੋਈ ਆ ਹੁਣ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਇੱਕ ਜਿਹੜੇ ਸਵਾਮੀ ਸਟੈਨ ਸਵਾਮੀ ਆ ਜਿਹੜੇ ਜਿਹੜੇ ਗਰੀਬ ਲੋਕਾਂ ਦੀ ਗੱਲ ਕਰਦੇ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦੇ ਦੇ ਜਿਹੜੇ ਠੀਕ ਉਹਨਾਂ ਲੋਕਾਂ ਵਾਸਤੇ ਜਿਹੜੇ ਉੱਤਰਾਖੰਡ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਜਾਂ ਜੂਪੀ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਆਦਿਵਾਸੀ ਨੇ ਜਿਹੜੇ ਉਹਨਾਂ ਵਾਸਤੇ ਕੰਮ ਕਰ ਰਹੇ ਨੇ ਜਾ ਅਸਾਮ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਵਾਸਤੇ ਕੰਮ ਕਰ ਰਹੇ ਨੇ ਬਹੁਤ ਹੀ ਬਿਮਾਰ ਤੇ ਜਿਨ੍ਹਾਂ ਨੂੰ ਦੇਸ਼ ਵਿਰੋਧੀ ਐਕਟ ਦੇ ਤਹਿਤ ਜੇਲ੍ਹ ਦੇ ਪਿੱਛੇ ਬੰਦ ਹੋਏ ਕੀਤਾ ਗਿਆ ਦਵਾਈ ਤੱਕ ਵੀ ਨਸੀਬ ਦਵਾਈ ਤੱਕ ਨਹੀਂ ਨਸੀਬ ਹੋਈ ਔਰ ਉਹ ਜੇਲ੍ਹ ਦੇ ਵਿੱਚ ਹੀ ਮਰ ਜਾਂਦੇ ਆ ਉਹਦੇ ਵਾਸਤੇ ਸਿਰਫ ਇਹ ਸੀਗਾ ਕਿ ਉਹਦੇ ਹੱਥ ਕੰਬ ਰਹੇ ਸੀਗੇ ਉਹ ਆਪ ਕੁਝ ਖਾ ਨਹੀਂ ਸਕਦਾ ਆਪ ਹੱਥ ਨਾਲ ਪਾਣੀ ਪੀ ਨਹੀਂ ਤਾਂ ਸਕਦਾ ਉਹ ਇੱਕ ਪੈਪ ਨਾਲ ਪਾਣੀ ਪਿੰਦਾ ਸੀਗਾ ਉੱਥੇ ਇਹ ਜਿਹੜੀ ਉਹਨਾਂ ਦੇ ਜਿਹੜੇ ਵਿਕਟਮ ਨੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਜਿਹੜੇ ਸਕੇ ਸੰਬੰਧੀ ਤੇ ਹਮਦਰਦੀ ਤੇ ਉਹਨਾਂ ਨੇ ਇੱਕ ਅਪੀਲ ਪਾਈ ਗਈ ਕਿ ਉਹਨਾਂ ਨੂੰ ਇੱਕ ਪਾਣੀ ਦੀ ਜਿਹੜੀ ਪੈਪ ਪਾਈਪ ਆ ਜਿਹੜੀ ਪਾਣੀ ਪੀਣ ਵਾਸਤੇ ਦੁੱਧ ਪੀਣ ਵਾਸਤੇ ਚਾਹ ਪੀਣ ਵਾਸਤੇ ਕੁਝ ਵੀ ਲੱਕੜ ਪੀਣ ਵਾਸਤੇ ਇੱਕ ਪਾਈਪ ਚਾਹੀਦੀ ਆ ਉਹ ਫੈਸਲਾ ਸਾਡੀ ਸੁਪਰੀਮ ਕੋਰਟ ਆ ਜਿਹੜੀ ਉਹ ਨਹੀਂ ਕਰ ਸਕੀ ਕਿ ਉਹਨੂੰ ਪਾਈਪ ਦੇਣੀ ਆ ਜਾਂ ਨਹੀਂ ਦੇਣੀ ਇਸ ਵਾਸਤੇ ਵੀ ਜਿਹੜੀਆਂ ਤਰੀਕ ਪਰ ਤਰੀਕ ਜਿਹੜੀਆਂ ਦਿੱਤੀਆਂ ਆ ਆਖਰ ਕੀ ਆ ਹੋਇਆ ਸਟੈਂਡ ਸਵਾਮੀ ਦੀ ਜੇਲ੍ਹ ਵਿੱਚ ਹੀ ਮੌਤ ਹੋਊਗੀ ਫਿਰ ਇਹਨਾਂ ਹਾਲਾਤ ਹਾਲਤਾਂ ਦੇ ਵਿੱਚ ਪੰਜਾਬ ਦੇ ਲੋਕ ਦੇਸ਼ ਦੇ ਲੋਕ ਸਵਾਲ ਚੁੱਕਣਗੇ ਤਾਂ ਨਹੀਂ ਕਿਉਂ ਨਹੀਂ ਚੁੱਕਣਗੇ ਲੋਕ ਸਵਾਲ ਚੁੱਕਣਗੇ ਕਿ ਅਮੀਰਾਂ ਵਾਸਤੇ ਕਾਨੂੰਨ ਹੋ ਰਿਹਾ ਗਰੀਬਾਂ ਵਾਸਤੇ ਕਾਨੂੰਨ ਹੋ ਰਿਹਾ ਬਿਲਕੁਲ ਲੋਕ ਸਵਾਲ ਚੁੱਕ ਰਹੇ ਨੇ ਕਰ ਚੁੱਕਣੇ ਵੀ ਚਾਹੀਦੇ ਨੇ ਕਿ ਆਖਰ ਗਰੀਬਾਂ ਦੀ ਗੱਲ ਕਿਉਂ ਨਹੀਂ ਸੁਣ ਰਹੀ ਜਿਹੜੇ ਗੈਰ ਜਿਨ੍ਹਾਂ ਕੋਲ ਪੈਸਾ ਨਹੀਂ ਜਾਂ ਜਿਹਨਾਂ ਨਾਲ ਗੈਰ ਮਨੁੱਖੀ ਤਸੀਹੇ ਕਿਤੇ ਜਾਂਦੇ ਨੇ ਜਿਨ੍ਹਾਂ ਨੂੰ ਚੱਕ ਕੇ ਠੁੱਠੇ ਮਾਕਾ ਮੁਕਾਬਲਿਆਂ ਨਾਲ ਵਿਚ ਮਾਰ ਦਿੱਤਾ ਜਾਂਦਾ ਉਹਨਾਂ ਦੇ ਪਰਿਵਾਰ ਆ ਜਿਹੜੇ ਇਨਸਾਫ ਲਈ ਭਟਕਦੇ ਨੇ ਜਾਂ ਜਿਹਨਾਂ ਨਾਲ ਗੈਰ ਮਨੁੱਖੀ ਵਰਤਾਅ ਕੀਤਾ ਜਾਂਦਾ ਉਹ ਇਨਸਾਫ ਲਈ ਕੋਟਾਂ ਵਿੱਚ ਜਾਂਦੇ ਨੇ ਉਹਨਾਂ ਵਾਸਤੇ ਤਰੀਕਦਰ ਤਰੀਕ ਹੀ ਕਿਉਂ ਪੈ ਰਹੀ ਨੇ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੀਆਂ ਕੋਟਾਂ ਸਰਕਾਰਾਂ ਐ ਅਦਾਲਤਾਂ ਐ ਇਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਪਰਵਿਰਤੀ ਬਣ ਚੁੱਕੀ ਹੋਇਆ ਕਿ ਕਾਨੂੰਨ ਗਰੀਬਾਂ ਵਾਸਤੇ ਹੋਰ ਤੇ ਅਮੀਰਾਂ ਵਾਸਤੇ ਹੋਰ ਆ ਇਸ ਜਿਹੜੀ ਪਰਿਵਰਤਨਾ ਉਹ ਲਿਆਉਣਾ ਪਵੇਗਾ ਇਹ ਮਿੱਥਾ ਜਿਹੜੀ ਤੋੜਨੀ ਪਵੇਗੀ ਇਸ ਕਰਕੇ ਲੋਕਾਂ ਦਾ ਜਿਹੜਾ ਇਨਸਾਫ ਦਾ ਮੰਦਰ ਅਦਾਲਤ ਉਹਦੇ ਵਿੱਚ ਵਿਸ਼ਵਾਸ ਆ ਜਿਹੜਾ ਵਧੇਗਾ ਹੁਣ ਇਸ ਮਾਨਲੇ ਵਿੱਚ ਵੀ ਇਹੀ ਹੋਇਆ ਕਿ ਬਿਜੀਲੈਂਸ ਨੇ ਜਿਹੜਾ ਉਹਨਾਂ ਦੇ ਪਰਚਾ ਦਰਜ ਕੀਤਾ ਤਾਂ ਇਹ ਕਿਹਾ ਗਿਆ ਕਿ ਹੁਣ ਜੇਕਰ ਕਿਸੇ ਵੀ ਮਾਮਲੇ ਦੇ ਵਿੱਚ ਸਮੇਤ ਸੈਣੀ ਨੂੰ ਗ੍ਰਿਫਤਾਰ ਕਰਨਾ ਹੋਵੇਗਾ ਤਾਂ ਇੱਕ ਹਫ਼ਤੇ ਦਾ ਪਹਿਲਾਂ ਨੋਟਸ ਦੇਣਾ ਪਵੇਗਾ ਨੋਟਸ ਦਿੱਤਾ ਜਾਵੇਗਾ ਉਤੇ ਬਾਅਦ ਗ੍ਰਿਫਤਾਰੀ ਹੋਵੇਗੀ ਮਤਲਬ ਜਦੋਂ ਤੁਸੀਂ ਦੱਸਿਆ ਜਾਊਗਾ ਕਿ ਤੁਹਾਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੁਹਾਡੇ ਪਰ ਇਹ ਜਿਹੜੇ ਇਹ ਦੋਸ਼ ਆ ਇਹ ਬਣ ਰਹੇ ਨੇ ਇਸ ਕਰਕੇ ਫਿਰ ਜਦੋਂ ਉਹਨੂੰ ਇਹ ਪਤਾ ਲੱਗ ਜਾਵੇਗਾ ਕਿ ਮੇਰੇ ਖਿਲਾਫ ਐਫ ਆਈ ਆਰ ਆ ਜਾਂ ਮੇਰੇ ਖਿਲਾਫ ਪਲੇਟਿਸਟ ਹੈ ਤਾਂ ਦੇਖੋ ਇਹ ਗ੍ਰਿਫਤਾਰੀ ਤੋਂ ਪਹਿਲਾਂ ਇਜਾਜ਼ਤ ਲੈਣੀ ਪਏਗੀ ਨਹੀਂ ਨਹੀਂ ਗ੍ਰਿਫਤਾਰੀ ਤੋਂ ਪਹਿਲਾਂ ਇਜਾਜ਼ਤ ਉਹਨੂੰ ਦੱਸਿਆ ਜਾਵੇਗਾ ਫਿਰ ਉਹਨੂੰ ਜਾ ਕੇ ਕੋਰਟ ਵਿੱਚ ਜਾਣ ਦਾ ਇੱਕ ਮੌਕਾ ਮਿਲੂਗਾ ਉਹਨੂੰ ਟਰਮ ਵੇਲ ਆ ਜਿਹੜੀ ਜਿਹਨੂੰ ਆਪਾਂ ਗੀਤੀ ਜ਼ਮਾਨਤ ਕਹਿੰਦੇ ਆ ਟਰਮ ਅੰਤਰਮ ਜ਼ਮਾਨਤ ਉਹ ਵੀ ਮਿਲ ਸਕਦੀ ਆ ਜਿਹੜੀ ਉਹ ਜ਼ਮਾਨਤਾ ਜਿਹੜੀ ਥੱਲੇ ਦੀ ਕੋਰਟ ਆ ਜਿਹੜੀ ਉਹ ਰੱਦ ਵੀ ਕਰ ਦੇ ਆ ਉਹਦੇ ਕੋਲ ਫਿਰ ਇੱਕ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਾਣ ਦਾ ਇੱਕ ਰਾਸਤਾ ਖੁੱਲ ਜਾ ਰਸਤਾ ਖੁੱਲ ਲਊਗਾ ਜੇ ਸੁਪਰੀਮ ਕੋਰਟ ਵੀ ਮੰਨ ਲਓ ਉਹਦੀ ਜਿਹੜੀ ਜਵਾਬਤ ਨਹੀਂ ਦਿੰਦੀ ਤਾਂ ਹੀ ਜਾ ਕੇ ਜਿਹੜੀ ਸਟੇਟ ਆ ਵਿਜੀਲੈਂਸ ਬਿਊਰੋ ਆ ਉਹ ਆ ਜਿਹੜੀ ਉਹਨੂੰ ਗ੍ਰਿਫਤਾਰ ਆ ਜਿਹੜੀ ਕਰ ਸਕਦੀ ਆ ਪਰ ਇਸ ਸਾਰੇ ਸਿਨੈਰੀਓ ਦੇ ਵਿੱਚ ਭਾਵੇਂ ਕਿ ਕੋਰਟ ਨੇ ਉਹਨਾਂ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਰਿਹਾ ਕਰ ਦਿੱਤਾ ਗਿਆ ਪਰ ਇੱਕ ਗੱਲ ਆ ਇਹ ਗੱਲ ਸਪਸ਼ਟ ਆ ਜਿਹੜੀ ਪੰਜਾਬ ਦੇ ਹੋਰ ਅਧਿਕਾਰੀਆਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਪੁਲਿਸ ਦੇ ਅਫਸਰਾਂ ਨੂੰ ਵੀ ਪੋਲਿਟਿਸ਼ੀਨ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜੇਕਰ ਤੁਸੀਂ ਦੂਜੇ ਵਾਸਤੇ ਖੱਦਾ ਜਿਹਨੂੰ ਆਪਾਂ ਕਹਿੰਦੇ ਹੁੰਦੇ ਟੋਵਾ ਪੁੱਟਦੇ ਆ ਵੀ ਕਿਸੇ ਨਾ ਕਿਸੇ ਦਿਨ ਤੁਸੀਂ ਵੀ ਇਸ ਵਿੱਚ ਡਿੱਗਦੇ ਨੇ ਬਿਲਕੁਲ ਸਮੇਤ ਸੈਣੀ ਨਾਲ ਵੀ ਕਮਲ ਸ਼ਾਇਦ ਤੁਹਾਨੂੰ ਨਾ ਚਿੱਤੇ ਹੋਵੇ ਉਹੀ ਹੋਈ ਆ ਜਿਹੜੀ ਸਮੇਤ ਸੈਣੀ ਨੇ ਸਾਬਕਾ ਜਿਹੜੇ ਡੀਜੀਪੀ ਆ ਸਰਪੀਤ ਸਿੰਘ ਬਿਰਕ ਨਾਲ ਕੀਤੀ ਸੀਗੀ ਉਦੋਂ ਇਹ ਇਹਨਾਂ ਨੇ ਸਮੇਤ ਸਿੰਘ ਸੈਣੀ ਜਦੋਂ ਪੰਜਾਬ ਵਿਜੀਲੈਂਸ ਦੇ ਮੁਖੀ ਹੁੰਦੇ ਸੀਗੇ ਇਹਨਾਂ ਨੇ ਮਹਾਰਾਸ਼ਟਰ ਉੱਥੇ ਹੌਸ ਵਿੱਚ ਬੈਠੇ ਆਨੂੰ ਦਿੱਲੀ ਤੋਂ ਇਹਨਾਂ ਨੂੰ ਸਰਵਜੀਤ ਸਿੰਘ ਬਿਰਕਨ ਨੂੰ ਜਿਹੜੇ ਸਾਬਕਾ ਡੀਜੀਪੀ ਤੇ ਪੰਜਾਬ ਤੇ ਮਹਾਰਾਸ਼ਟਰ ਦੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਤਾਂ ਇਸੇ ਤਰ੍ਹਾਂ ਰਾਤ ਨੂੰ ਉਹਦੇ ਵਿੱਚ ਸੁੱਟਿਆ ਸੀਗਾ ਭਾਵੇਂ ਕਿ ਹੁਣ ਕਾਨੂੰਨ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਛੱਡ ਪਰ ਜਿੰਨੇ ਵੀ ਦਿਨ ਉੱਥੇ ਰਿਹਾ ਉਹ ਲੋਕਾਂ ਨੂੰ ਇਸ ਗੱਲ ਦੀ ਤਸੱਲੀ ਹੋ ਗਈ ਕਿ ਕਾਨੂੰਨ ਜੇ ਚਾਹੇ ਆਪਣਾ ਰਸਤਾ ਅਖਤਿਆਰ ਕਰ ਸਕਦਾ ਤਾਂ ਸਮੇਤ ਸੈਣੀ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਿਵੇਂ ਮੈਂ ਕਰਦਾ ਰਿਹਾ ਜਿਵੇਂ ਮੈਂ ਧੱਕੇਸ਼ਾਈਆਂ ਕਰਦਾ ਰਿਹਾ ਜਾਂ ਮੈਂ ਧੱਕੇਸ਼ਾਈ ਅਫਸਰਾਂ ਤੋਂ ਕਰਵਾਉਂਦਾ ਰਿਹਾ ਤਾਂ ਉਵੇਂ ਅਫਸਰ ਆ ਜਿਹੜੇ ਮੇਰੇ ਨਾਲ ਵੀ ਕਰ ਸਕਦੇ ਆ ਇਸਕ ਐਡੇ ਭਟੇ ਅਫਸਰ ਨੂੰ ਉਹਦੇ ਵਿੱਚ ਜਿਹੜੀਆਂ ਸਲਾਖਾਂ ਦੇ ਪਿੱਛੇ ਕਰ ਦਿੱਤਾ ਗਿਆ ਇਸ ਕਰਕੇ ਸਾਰੀਆਂ ਜਿਹੜੀਆਂ ਧਿਰਾਂ ਉਹਨਾਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਕਾਨੂੰਨ ਆ ਜਿਹੜਾ ਆਪਣਾ ਕੰਮ ਆ ਜਿਹੜਾ ਕਰਦਾ ਹੀ ਕਰਦਾ ਹੈ ਫਰਕ ਸਿਰਫ ਇੰਨਾ ਕਾ ਕਿ ਇਮਾਨਦਾਰੀ ਨਾਲ ਹਰੇਕ ਬੰਦਾ ਆਪਣਾ ਕੰਮ ਕਰੇ ਤਾਂ ਕਾਨੂੰਨ ਆ ਜਿਹੜਾ ਰੇਕ ਨੂੰ ਨਿਆਹ ਦਿੰਦਾ ਹੈ ਹੂੰ ਬਿਲਕੁਲ ਸਰ ਗੱਲ ਹੁਣ ਕਿਸਾਨਾਂ ਦੀ ਕਰ ਲਈਏ ਲੰਬੇ ਸਮੇਂ ਤੋਂ ਇੱਕ ਸਾਲ ਦਾ ਜਿਹੜਾ ਸਮਾਂ ਦਿੱਲੀ ਦੀਆਂ ਸਰਹੱਦਾਂ ਤੇ ਹੋਣ ਵਾਲਾ ਹੈ ਔਰ ਹੁਣ ਪੰਜਾਬ ਦੇ ਵੱਲ ਜਿਹੜਾ ਰੋਖਾ ਕਿਸਾਨਾਂ ਦਾ ਹੋ ਚੁੱਕਾ ਹੈ ਯਾਨੀ ਕਿ ਦਿੱਲੀ ਜੋ ਕਿਸਾਨ ਬੈਠੇ ਨੇ ਉਹ ਤਾਂ ਬੈਠੇ ਹੀ ਰਹਿਣਗੇ ਪਰ ਹੁਣ ਪੰਜਾਬ ਸਰਕਾਰ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹ ਵੀ ਵੱਧ ਸਕਦੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਹੱਲਾ ਤੇ ਬੋਲੀ ਆਈ ਜਾ ਰਿਹਾ ਨਾਲ ਦੀ ਨਾਲ ਹੁਣ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਇਹ ਕਿਸਾਨਾਂ ਦਰਵਾਹੇ ਵੇਖਣ ਨੂੰ ਮਿਲ ਰਿਹਾ ਅਮਰitsar ਜਿਹੜਾ ਦਿੱਲੀ ਨੈਸ਼ਨਲ ਹਾਈਵੇ ਉਹ ਜਾਮ ਕੀਤਾ ਗਿਆ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਕਾਰਨ ਇਹ ਨਹੀਂ ਕਿ ਗੰਨੇ ਦਾ ਸਮਰਥਨ ਮੁੱਲ ਔਰ ਗੰਨੇ ਦੀ ਬਕਾਇਆ ਰਾਸ਼ੀ ਜਿਹੜੀ ਆ ਉਸ ਨੂੰ ਵਧਾਉਣ ਦੀ ਦੇਣ ਦੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਹੈ ਸਰਕਾਰ ਦੇ ਦੇਖੋ ਜਿਹੜੀਆਂ ਚਾਹੇ ਸਹਿਕਾਰੀ ਖੰਡ ਮਿਲਣਾ ਹੋਣ ਚਾਹੇ ਪ੍ਰਾਈਵੇਟ ਖੰਡ ਮਿਲਣਾ ਹੋਣ ਉਹਨਾਂ ਦਾ ਜਿਹੜੀ ਬਕਾਇਆ ਰਾਸ਼ੀ ਆ ਉਹ ਅਕਸਰ ਕਿਸਾਨਾਂ ਦੇ ਕੰਨੀ ਖੜੀ ਰਹਿ ਜਾਂਦੀ ਆ ਇੱਕ ਸੀਜ਼ਨ ਆ ਜਿਹੜਾ ਪੂਰਾ ਹੋ ਜਾਂਦਾ ਦੂਜਾ ਸੀਜ਼ਨ ਆਉਣ ਵਾਲਾ ਹੋ ਜਾਂਦਾ ਤਾਂ ਵੀ ਕਿਸਾਨਾਂ ਨੂੰ ਗੰਨੇ ਦੀ ਜਿਹੜੀ ਪੇਮੈਂਟ ਆ ਉਹ ਮਿਲ ਨਹੀਂ ਰਹੀ ਹੁਣ ਅੱਜ ਕਿਸਾਨਾਂ ਨੇ ਜਿਹੜਾ ਜਲੰਧਰ ਦੇ ਵਿੱਚ ਧਰਨਾ ਜਿਹੜਾ ਸ਼ੁਰੂ ਕਰ ਦਿੱਤਾ ਪਹਿਲਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਸੀਗੀ ਕਿ ਸਾਡੀ ਬਕਾਇਆ ਰਾਸ਼ੀ ਆ ਜਿਹੜੀ ਉਹ ਦਾ ਉਕਤਾਨ ਕੀਤਾ ਜਾਵੇ ਸੁਖਜਿੰਦਰ ਸਿੰਘ ਰੰਧਾਵਾ ਨੇ ਜੇ ਸਹਿਕਾਰਤਾ ਮੰਤਰੀ ਉਹਨਾਂ ਨਾਲ ਗੱਲ ਹੋਈ ਉਹ ਦੱਸ ਰਹੇ ਨੇ ਕਿ 200 ਕਰੋੜ ਦੇ ਕਰੀਬ ਜਿਹੜੀ ਪੈਂਡਿੰਗ ਰਾਸ਼ੀ ਆ ਉਹ ਪਈਆ ਉਹ ਅਸੀਂ ਦੇਣੀ ਆ ਉਹ ਕਹਿ ਰਹੇ ਨੇ ਇਸੇ ਤਰ੍ਹਾਂ ਸ਼ੂਗਰ ਫੈਟ ਦੇ ਜਿਹੜੇ ਚੇਅਰਮੈਨ ਨੇ ਅਮਰੀਕ ਸਿੰਘ ਆਲੀਵਾਲ ਉਹਨਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਤਾਂ ਕਿ ਸਤੰਬਰ ਦੇ ਪਹਿਲੇ ਹਫਤੇ ਤੱਕ ਅਸੀਂ ਇਹਨਾਂ ਦੀ ਅਦਾਇਗੀ ਆ ਜਿਹੜੀ ਕਰ ਦੇਵਾਂਗੇ ਦੂਜੇ ਪਾਸੇ ਹੁਣ ਕੱਲ੍ਹ ਹੀ ਜਦੋਂ ਸਰਕਾਰ ਨੇ ਮਨਾਉਣ ਦੇ ਨੂੰ ਯਤਨ ਕੀਤੇ ਤਾਂ 15 ਰੁਪਏ ਪ੍ਰਤੀ ਕੁਆਂਟਲ ਜਿਹੜਾ ਇਹਦਾ ਰੇਟ ਆ ਜਿਹੜਾ ਗੰਨੇ ਦਾ ਉਹਦੇ ਵਿੱਚ ਵਾਧਾ ਕਰ ਦਿੱਤਾ ਗਿਆ ਦੇਖੋ ਦੋ ਗੱਲਾਂ ਨੇ ਇੱਕ ਤਾਂ ਤੁਸੀਂ ਕਿਸਾਨਾਂ ਨੂੰ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਝੋਨੇ ਤੇ ਕਣਕ ਦਾ ਜਿਹੜਾ ਫਸਲੀ ਚੱਕਰ ਆ ਉਹਦੇ ਵਿੱਚੋਂ ਬਾਹਰ ਨਿਕਲੋ ਜੇ ਕਿਸਾਨ ਨੂੰ ਤੁਸੀਂ ਫਸਲੀ ਚੱਕਰ ਦੇ ਵਿੱਚੋਂ ਬਾਹਰ ਕੱਢਣਾ ਜਿਹੜੀਆਂ ਆਦਰਜ ਫਸਲ ਨੇ ਚੋਨੇ ਤੋਂ ਕਣਕ ਤੋਂ ਹਟ ਕੇ ਜਿਹੜੀਆਂ ਬਾਕੀ ਫਸਲਾਂ ਤਾਂ ਕਿਸਾਨਾਂ ਨੂੰ ਉਹਨਾਂ ਦਾ ਪੂਰਾ ਭਾਅ ਵੀ ਮਿਲਣਾ ਚਾਹੀਦਾ ਤੇ ਉਹਨਾਂ ਦੀ ਜਿਹੜੀ ਅਦਾਇਗੀ ਆ ਉਹ ਵੀ ਸਮੇਂ ਸਿਰ ਮਿਲਣੀ ਚਾਹੀਦੀ ਆ ਤੇ ਫਸਲਾਂ ਦਾ ਜਿਹੜਾ ਮੂਲਾ ਉਹ ਵੀ ਸਹੀ ਮਿਲਣਾ ਚਾਹੀਦਾ ਤਾਂ ਹੀ ਕਿਸਾਨਾਂ ਜਿਹੜੇ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲਣਗੇ ਇਸ ਕਰਕੇ ਪਰ ਦੂਜੇ ਪਾਸੇ ਜਿਹੜੇ ਸੁਖਜਿੰਦਰ ਸਿੰਘ ਰਧਾਵਾ ਨੇ ਸਹਿਕਾਰਤਾ ਮੰਤਰੀ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ 슈ਗਰ ਕੇਨ ਦਾ ਜਿਹੜਾ ਉਹ ਰਿਕਵਰੀ ਆ ਹਰਿਆਣੇ ਦੇ ਵਿੱਚ ਜਾਂ ਜੂਪੀ ਦੇ ਵਿੱਚ ਉਹਨਾਂ ਦੀ ਜਿਹੜੀ ਰਿਕਵਰੀ ਰੇਟ ਆ ਉਹ 12% ਆ ਅਸੀਂ 9% ਦੇ ਰੇਟ ਦੇ ਹਿਸਾਬ ਨਾਲ ਪੈਸੇ ਦੇ ਰਹੇ ਨੇ ਜਾਂ ਤਾਂ ਫਿਰ ਜੇ ਤੁਸੀਂ ਵੱਧ ਰੇਟ ਲੈਣਾ ਹੈ ਫਿਰ ਸਾਨੂੰ ਜਿਹੜਾ 12% ਜਿਹੜੀ ਰਿਕਵਰੀ ਰੇਟ ਆ ਉਹ ਦਿਓ ਕਿਤਨਾ ਕਿਤੇ ਜਿਹੜੀਆਂ ਪੰਜਾਬ ਦੀਆਂ 슈ਗਰ ਮਿਲਾਂ ਉਹ ਘਟ ਚ ਜਾ ਰਹੀਆਂ ਨੇ ਇਹ ਦਾਵਾ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਰ ਰਹੇ ਨੇ ਆਪਾਂ ਪਿਛਲੇ ਦਿਨਾਂ ਦੇ ਵਿੱਚੋਂ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਨੇ ਪੰਜਾਬ ਦੇ ਵਿੱਚ 16 ਦੇ ਕਰੀਬ ਜਿਹੜੀਆਂ 슈ਗਰ ਮਿਲਾਂ ਨੇ ਜਿਦੇ ਵਿੱਚ 9 ਸਰਕਾਰੀ ਨੇ ਬਾਕੀ ਪ੍ਰਾਈਵੇਟ ਨੇ ਕਾਸ ਕਰਕੇ ਜਿਹੜੀਆਂ ਪ੍ਰਾਈਵੇਟ ਮਿਲਾਂ ਨੇ ਉਹ ਉਹਨਾਂ ਵੱਡੇ ਲੋਕਾਂ ਦੀਆਂ ਨੇ ਪੋਲਿਟਿਸ਼ੀਅਨ ਇਹਨੇ ਜਿਹੜੇ ਅਕਾਲੀ ਦਲ ਚ ਵਿੱਚ ਨੇ ਵੀ ਨੇ ਤੇ ਕਾਂਗਰਸ ਵਿੱਚ ਵੀ ਨੇ ਜਿਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਵਿੱਚ ਵੀ ਚੰਗਾ ਪ੍ਰਭਾਵ ਆ ਤੇ ਸਟੇਟ ਦੀ ਦਾ ਸੌਰੀ ਸੈਕਟਰ ਦੀ ਰਾਜਨੀਤੀ ਆ ਜਿਹੜੀ ਉਹਦੇ ਵਿੱਚ ਵੀ ਚੰਗਾ ਅਸਰ ਸੂਖਾ ਉਹਨਾਂ ਦਾ ਬਣਿਆ ਹੋਇਆ ਇਸ ਕਰਕੇ ਉਹਨਾਂ ਜਿਹੜੀਆਂ ਮਿਲਾਂ ਉਹਨਾਂ ਨੇ ਵੀ ਕਿਸਾਨਾਂ ਦਾ ਜਿਹੜੇ ਗੰਨੇ ਦੀ ਪੇਮੈਂਟ ਆ ਉਹਦਾ ਭੁਗਤਾਨ ਕਰਨਾ ਕਿਤਨਾ ਕਿਤੇ ਹੁੰਦਾ ਕੀ ਆ ਜਦੋਂ ਮਿਲਾਂ ਚੱਲਦੀਆਂ ਤਾਂ ਪ੍ਰਾਈਵੇਟ ਜਿਹੜੇ ਸ਼ੂਗਰ ਮਿਲ ਹੁੰਦੇ ਨੇ ਉਹ ਆਪਣੀ ਜਿਹੜੀ ਉਹ ਚੀਨੀ ਆ ਉਹ ਚੰਗੇ ਭਾਅ ਦੇ ਵਿੱਚ ਵੇਚ ਦਿੰਦੇ ਨੇ ਸਰਕਾਰ ਦਾ ਜਿਹੜੇ ਚਿੱਠੀਆਂ ਪੱਤਰਾਂ ਦੀ ਜਿਹੜੀ ਚੱਲਦੀ ਰਹਿੰਦੀ ਆ ਜਾਂ ਉਹਨੂੰ ਪਈਆਂ ਫਾਈਲਾਂ ਨੂੰ ਉਹ ਹੌਲੀ-ਹੌਲੀ ਰੁੱਕ ਕੇ ਚੱਲਦੇ ਨੇ ਇਸ ਕਰਕੇ ਉਹ ਚੱਲਦੇ ਨਹੀਂ ਹੈਗੇ ਉਹ ਉਹਨਾਂ ਨੂੰ ਮੁਨਾਫਾ ਹੋ ਜਾਂਦਾ ਸਰਕਾਰ ਦੇ ਨੂੰ ਹੁੰਦਾ ਐਦਾਂ ਹੀ ਜਦੋਂ ਉਹਨਾਂ ਦਾ ਸੀਰਾ ਵੇਚਦੇ ਨੇ ਜਦੋਂ ਸਰਕਟ ਰੇਟ ਘਟ ਹੁੰਦਾ ਉਦੋਂ ਸਰਕਾਰ ਵੇਚ ਦਿੰਦੀ ਆ ਜਦੋਂ ਸੀਰੇ ਦਾ ਰੇਟ ਵੱਧ ਹੁੰਦਾ ਉਦੋਂ ਜਿਹੜੇ ਪ੍ਰਾਈਵੇਟ ਵਾਲੇ ਵੇਚ ਦਿੰਦੇ ਆ ਪ੍ਰਾਈਵੇਟ ਵਾਲੇ ਭਾਵੇਂ ਕਹੇ ਕਿ ਇਹ ਜਾਂਦਾ ਸਾਡੇ ਘਟੇ ਚ ਜਾ ਰਹੀਆਂ ਪਰ ਫਿਰ ਵੀ ਮੰਨਣ ਦੇ ਆ ਰਹੇ ਕਿ ਜਿਹੜੇ ਪ੍ਰਾਈਵੇਟ ਵਾਲਿਆ ਉਹ ਵੀ ਕਿਤੇ ਨਾ ਕਿਤੇ ਮੁਨਾਫੇ ਵਿੱਚ ਵੀ ਚੱਲਦੇ ਆ ਤੇ ਇਸੇ ਕਰਕੇ ਉਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਵਾਧੀਆਂ ਜਾ ਰਹੀਆਂ ਸਰਕਾਰ ਦੀਆਂ ਘਟਦੇ ਜਾ ਰਹੀਆਂ ਇਹ ਗੱਲ ਸਹੀ ਹੈ ਕਿ ਕਿਸਾਨਾਂ ਨੂੰ ਜੇ ਚੰਗਾ ਪਾ ਮਿਲੂਗਾ ਤਾਂ ਕਿਸਾਨਾਂ ਜਿਹੜੇ ਫਸਲੀ ਚੱਕਰ ਚੋਂ ਵੀ ਨਿਕਲਣਗੇ ਤਾਂ ਇਹ ਧੰਨੇ ਮਜਾਰੇ ਜਿਹੜੇ ਉਹ ਕਰਨੇ ਨਹੀਂ ਪੈਣ ਕੇ ਹੁਣ ਸਰਕਾਰ ਦੀ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਬਹੁਤ ਵੱਡੀ ਪੱਧ ਤੇ ਮਜਬੂਰੀ ਬਣ ਗਈ ਕਿ ਉਹਨਾਂ ਦੇ ਨਾਲ ਖੜਨਾ ਪੈਣਾ ਕਿਉਂਕਿ ਸਾਹਮਣੇ 2022 ਦਿਖਦਾ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਇਹਨਾਂ ਨਾਲ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛਿਬਰ ਜਿਨ੍ਹਾਂ ਦੇ ਨਾਲ ਅਸੀਂ ਪੰਜਾਬ ਦੀ ਸਿਆਸਤ ਦੇ ਪੰਨੇ ਫਰੋਲੇ ਨੇ ਔਰ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਇਸੀਸਵਾ ਫਾਰਮ ਹਾਊਸ ਦੇ ਵਿੱਚ ਹੋਈ ਮੀਟਿੰਗ ਦੇ ਬਾਰੇ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਹੈ ਰਲ ਮਿਲ ਕੇ ਚੱਲਣਾ ਹੋਏਗਾ ਜੇ ਪਾਰਟੀ ਨੂੰ ਸਫਲ ਬਣਾਉਣਾ ਚੋਣਾ ਦੇ ਕਾਰਜਕਾਲ ਦੇ ਆਖਰੀ ਸਾਲ ਹੀ ਸਹੀ ਪਰ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਦੀ ਗੱਡੀ ਆ ਉਹ ਪਟੜੀ ਤੇ ਆਉਣੀ ਆਉਣ ਦੀ ਸ਼ੁਰੂਆਤ ਜਿਹੜੀ ਉਹ ਮੰਨੀ ਜਾ ਰਹੀ ਹੈ ਔਰ ਨਾਲ ਹੀ ਗੱਲਬਾਤ ਕੀਤੀ ਆ ਕਿ ਸੁਮੇਦ ਸੈਣੀ ਇੱਕ ਵਾਰ ਫਿਰ ਤੋਂ ਕਾਨੂੰਨੀ ਦਾਅ ਪੇਸ਼ ਲਗਾ ਕੇ 13 ਘੰਟੇ ਜੇਲ੍ਹ ਚ ਬਿਤਾਉਣ ਤੋਂ ਬਾਅਦ ਆਖਿਰਕਾਰ ਜੇਲ੍ਹ ਤੋਂ ਬਾਹਰ ਆਉਂਦੇ ਨੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਾੜ ਪਾਈ ਗਈ ਔਰ ਵਿਜੀਲੈਂਸ ਅਧਿਕਾਰੀ ਜਿਨ੍ਹਾਂ ਨੇ ਗ੍ਰਿਫਤਾਰ ਸੁਮੇਦ ਸੈਣੀ ਨੂੰ ਕੀਤਾ ਉਸ ਨੂੰ ਵੀ ਕਾਫੀ ਜਿਹੜੀ ਤਾੜਨਾਇ ਲਗਾਈ ਹੈ ਹਾਈ ਕੋਰਟ ਦੇ ਵੱਲੋਂ ਔਰ ਨਾਲ ਹੀ ਗੱਲਬਾਤ ਕੀਤੀ ਹੈ ਕਿ ਹੁਣ ਦਿੱਲੀ ਵਾਲਾ ਸੰਘਰਸ਼ ਪੰਜਾਬ ਦੀਆਂ ਬਰੂਹਾਂ ਦੇ ਵਿੱਚ ਵੀ ਆ ਵੜਿਆ ਔਰ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦਾ ਰੋਜ਼ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਚੱਲ ਰਿਹਾ ਹੈ ਸਪੈਸ਼ਲ ਰਿਪੋਰਟ ਦੇ ਵਿੱਚ ਫਿਲਹਾਲ ਇਹ ਨਹੀਂ ਅਗਲੇ ਹਫਤੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ ਧੰਨਵਾਦ